ਸੰਗਰੂਰ 'ਚ ਲੁੱਟ ਖੋਹ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਤਾਜ਼ਾ ਘਟਨਾ ਸੰਗਰੂਰ ਤੋਂ ਪਟਿਆਲਾ ਜਾ ਰਹੀ ਕੈਸ਼ ਵੈਨ ਤੇ ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲੋਂ ਹਮਲਾ ਕਰ 5 ਲੱਖ ਦੀ ਲੁੱਟ ਕੀਤੀ ਗਈ। ਇਸ ਘਟਨਾ ਸਿਕਿਉਰਿਟੀ ਗਾਰਡ ਹਲਾਕ ਹੋ ਗਿਆ, ਜਿਸ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ। ਮੌਕੇ ਤੇ ਪਹੁੰਚੀ ਪੁਲਿਸ ਨੇ ਘਟਨਾ ਦਾ ਸੰਗਿਆਨ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ। ਲੁੱਟ ਨੂੰ ਅੰਜਾਮ ਦੇਣ ਵਾਲੇ ਲੁਟੇਰਿਆਂ 'ਚੋਂ ਇੱਕ ਪੱਗ ਅਤੇ ਦੂਜੇ ਦੇ ਸਿਰ 'ਤੇ ਹੈਲਮੈਟ ਸੀ। ਇਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਪਿਛਲੇ 2 ਲੱਖ ਦੀ ਹੋਈ ਲੁੱਟ ਅਤੇ ਹੁਣ 5 ਲੱਖ ਦੀ ਵਾਰਦਾਤ ਨੂੰ ਇਸੇ ਹੀ ਗਿਰੋਹ ਵੱਲੋਂ ਅੰਜਾਮ ਦਿੱਤਾ ਗਿਆ ਹੋ ਸਕਦਾ ਹੈ। ਚਸ਼ਮਦੀਦ ਮੁਤਾਬਿਕ ਲੁਟੇਰਿਆਂ ਨੇ ਕੈਸ਼ ਵੈਨ 'ਤੇ ਪਿੱਛੋਂ ਹਮਲਾ ਕੀਤਾ ਅਤੇ ਕੈਸ਼ ਲੁੱਟ ਕੇ ਮੇਨ ਹਾਈਵੇ 'ਤੇ ਇੱਕ ਪਿੰਡ ਵੱਲ ਮੁੜ ਗਏ। ਅਸੀਂ ਸੰਗਰੂਰ ਤੋਂ ਪਟਿਆਲੇ ਵੱਲ ਨੂੰ ਜਾ ਰਹੇ ਸੀਗੇ ਜੀ। ਅਸੀਂ ਇਹ ਕੈਸ਼ ਵੈਨ ਨੂੰ ਜਸਟ ਕ੍ਰੋਸ ਕੀਤਾ। ਜਦੋਂ ਅਸੀਂ ਕੈਸ਼ ਵੈਨ ਨੂੰ ਕ੍ਰੋਸ ਕੀਤਾ, ਅਸੀਂ ਰੇਅਰ ਵਿਊ 'ਚੋਂ ਦੇਖਿਆ ਕਿ ਬੰਦਾ ਉੱਤਰ ਕੇ ਕੈਸ਼ ਵੈਨ ਵੱਲ ਵੈਪਨ ਕਰੀ ਖੜਾ ਅਤੇ ਉਹਨੇ ਸਾਡੇ ਦੇਖਦੇ ਦੇਖਦੇ 2 ਜਾਂ 1-2 ਵਾਰ ਇੱਦਾਂ ਇੱਦਾਂ ਕਰਕੇ ਗੋਲੀ ਮਾਰੀ। ਪੱਗ ਵਾਲਾ ਬੰਦਾ ਸੀ, ਉਹਦਾ ਮੂੰਹ ਢੱਕਿਆ ਹੋਇਆ ਸੀਗਾ ਇੱਕ ਨਾਲ। ਉਹਦੇ ਜਦੋਂ ਅਸੀਂ ਗੱਡੀ ਮੋੜੀ, ਸਾਡੇ ਮੰਡੀ ਮੋੜਨ ਤੱਕ ਉਹ ਤਰ ਚਲੇ ਗਏ। ਜਿਹੜਾ ਮੋਟਰਸਾਈਕਲ ਮੁੰਡਾ ਚਲਾ ਰਿਹਾ ਸੀਗਾ ਉਹ ਹੈਲਮਟ ਪਾਇਆ ਸੀ ਉਹਨੇ, ਅਤੇ ਉਹ ਦੋਨੋਂ ਜਣੇ ਇੱਕਦਮ ਲੈ ਕੇ ਆਨਵਰਡ ਸੰਗਰੂਰ ਨੂੰ ਫਰਾਰ ਹੋ ਗਏ। ਅਸੀਂ ਉਹਨਾਂ ਦੇ ਪਿੱਛੇ ਗੱਡੀ ਵੀ ਲਾਈ। ਜਦੋਂ ਅਸੀਂ ਗੱਡੀ ਮੁੜੀ, ਥੋੜ੍ਹਾ ਜਿਹਾ ਫਰਕ ਪੈ ਗਿਆ ਇਹਨਾਂ ਨੂੰ, ਉਹ ਘਰਾਚੋਂ ਵਾਲਾ ਖੇਤਾਂ ਕਰੀ ਨੂੰ ਮੁੜ ਗਏ। ਸਾਨੂੰ ਕੱਟ ਨਹੀਂ ਮਿਲਿਆ ਗਿਆ, ਅਸੀਂ ਕੱਟ ਤੋਂ ਮੁੜ ਕੇ ਫਿਰ ਜਿਹੜਾ ਬੰਦਾ ਇੰਜਰਡ ਸੀ, ਗੋਲੀ ਲੱਗੀ ਸੀ ਉਹਨੂੰ, ਅਸੀਂ ਆਪਣੀ ਗੱਡੀ 'ਚ ਪਾ ਕੇ ਉਰੇ ਹੋਸਪਿਟਲ ਲਿਆ ਕੇ ਦੇ ਦਿੱਤਾ ਜੀ। ਨਹੀਂ ਸਾਡੇ ਅਸੀਂ ਦੂਰੋਂ ਕੀ ਦੇਖਦਾ ਜੀ, ਦੂਰੋਂ ਕੁਛ ਦੇਖਦਾ ਨਹੀਂ ਕੀ ਫਾਇਰ ਕੀਤਾ ਉਹਨੇ, ਇੱਦਾਂ ਦਾ ਕੀਤਾ। ਸਾਨੂੰ ਲੱਗਿਆ ਵੀ ਫਾਇਰ ਹੋ ਗਿਆ ਕਿਉਂਕਿ ਉਹ ਕੈਸ਼ ਵੈਨ, ਸਾਨੂੰ ਪਤਾ ਸੀ ਜਸਟ ਅਸੀਂ ਕ੍ਰੋਸ ਹੀ ਕੀਤੇ ਸੀਗੇ। ਉਧਰ ਕੈਸ਼ ਵੈਨ ਦੇ ਮੁਲਾਜ਼ਮ ਨੇ ਕਿਹਾ ਕਿ ਕੈਸ਼ ਵੈਨ ਵਿੱਚ ਅਸੀਂ 5 ਲੋਕ ਸਵਾਰ ਸਨ। ਲੁਟੇਰਿਆਂ ਵੈਨ ਦੇ ਟਾਇਰਾਂ 'ਤੇ ਗੋਲੀਆਂ ਚਲਾਈਆਂ ਅਤੇ ਗਾਰਡ ਦੇ ਸਿਰ 'ਤੇ ਵੀ ਇੱਕ ਗੋਲੀ ਲੱਗੀ, ਜਿਸ ਨਾਲ ਗੰਭੀਰ ਚੋਟ ਆਈ। ਜੀ ਭੋਨੀਗੜ ਨੂੰ ਰਸਤੇ 'ਚ ਭਾਈ ਗੁਰਦਾਸ ਕੋਲ ਜੀ ਗੋਲੀਆਂ ਮਾਰੀਆਂ ਅਚਾਨਕ 2 ਜਣੇ ਦੀ, ਪਲਸਰ ਮੋਟਰਸਾਈਕਲ 'ਤੇ ਉਹ, ਇੱਕ 'ਤੇ ਪੱਗ ਬੰਨੀ ਅਤੇ ਇੱਕ 'ਤੇ ਹੈਲਮਟ ਬੰਨਿਆ ਹੋਇਆ ਸੀ। ਪਹਿਲਾਂ ਟਾਇਰਾਂ 'ਚ ਗੋਲੀਆਂ ਮਾਰੀਆਂ, ਉਦੋਂ ਬਾਅਦ 'ਚ ਗਨਮੈਨ ਦੇ ਸਿਰ 'ਚ ਗੋਲੀਆਂ ਮਾਰੀਆਂ ਅਤੇ ਉਹ ਬਸ ਕੈਸ਼ ਲੈ ਕੇ ਭੱਜ ਗਏ। ਕਿੰਨਾ ਕੈਸ਼ ਸੀ ਗੱਡੀ ਦੇ ਵਿੱਚ? 5 ਲੱਖ ਰੁਪਇਆ ਸੀ। ਕਿੱਧਰੋਂ ਆਏ ਸੀ, ਕਿੱਧਰ ਗਏ ਸੀ? ਉਹ ਆਏ ਤਾਂ ਮਗਰੋਂ ਸੰਗਰੂਰ ਕਿੰਨੀ ਆਏ ਤੇ ਜੀ, ਵਾਪਸ ਸੰਗਰੂਰ ਕਿੰਨੀ ਵਾਪਸ ਹੋ ਗਿਆ? ਅੱਛਾ, 2 ਜਣੇ? ਹਾਂ, 2 ਜਣੇ। ਮੂੰਹ ਬੰਨਿਆ ਹੋਇਆ, ਰੁਮਾਲਾਂ ਬੰਨੀਆਂ ਹੋਈਆਂ ਤੀਆਂ। ਅੱਛਾ, ਹਾਂ ਜੀ। ਤੇ ਸੀਗਾ ਜੀ, ਇਹਨਾਂ ਨੇ ਬਹੁਤ ਸਾਨੂੰ ਬਚਾਇਆ। ਉਹਨਾਂ ਨੇ ਨਾਲ ਲਿਜਾ ਕੇ, ਪੁਲਿਸ ਵਾਲੇ ਮੁਲਾਜ਼ਮ ਸੀਗੇ ਜੀ, ਉਹਨਾਂ ਨੇ ਸਾਨੂੰ ਉੱਥੋਂ ਗੱਡੀ 'ਚ ਬਿਠਾ ਕੇ ਉਰੇ ਸਿਵਲਾ ਹਸਪਤਾਲ 'ਚ ਉਹਨਾਂ ਨੂੰ ਲੈ ਕੇ ਆਏ ਜੀ। ਇਹਨਾਂ ਦੀ ਬਦੌਲਤ ਜੇ ਸਾਡਾ ਬੰਦਾ ਬਚੂ, ਇਹਨਾਂ ਦੀ ਬਦੌਲਤ ਬਚੂਗਾ, ਨਹੀਂ ਬੰਦੇ ਦੇ ਬਚਣ ਦੇ ਚਾਂਸ। ਹਾਂ ਜੀ, ਹਾਂ ਹੈਗਾ, ਸੀਰੀਅਸ ਹੈ। 5-6 ਫਾਇਰ ਕੀਤੇ ਨੇ ਜੀ। ਹਾਂ ਜੀ, ਡਾਕਟਰ ਨੇ ਕਿਹਾ ਕਿ ਪੇਸ਼ੈਂਟ ਦੀ ਹਾਲਤ ਕਾਫੀ ਜ਼ਿਆਦਾ ਗੰਭੀਰ ਹੈ, ਅਸੀਂ ਉਹਨਾਂ ਨੂੰ ਪਟਿਆਲਾ ਰੈਫਰ ਕਰ ਦਿੱਤਾ। ਤੇ ਇਹਦੀ ਗੋਲੀ ਸਿਰ ਦੇ ਵਿੱਚ ਤੇ ਗਰਦਨ ਤੇ ਬਾਹਾਂ ਦੇ ਵਿੱਚ ਲੱਗੀ ਹੋਈ ਹੈ। ਸਰ ਹੁਣ ਇਹ ਕਿਵੇਂ? ਨਹੀਂ, ਇਹ ਪੇਸ਼ੈਂਟ ਕਾਫੀ ਸੀਰੀਅਸ ਸੀ, ਇਸ ਕਰਕੇ ਉਹਨੂੰ ਪਟਿਆਲਾ ਰੈਫਰ ਕਰ ਦਿੱਤਾ। ਉਧਰ ਪੁਲਿਸ ਮੁਤਾਬਿਕ 2 ਮੋਟਰਸਾਈਕਲ ਸਵਾਰਾਂ ਨੇ ਘਟਨਾ ਨੂੰ ਅੰਜਾਮ ਦਿੱਤਾ। ਅਸੀਂ ਨਾਕੇਬੰਦੀ ਕਰ ਲੁਟੇਰਿਆਂ ਨੂੰ ਜਲਦ ਹੀ ਕਾਬੂ ਕਰ ਲਾਂਗੇ, ਇਹ ਗੱਲ ਕਹੀ ਗਈ। ਕੈਸ਼ ਵੈਨ ਜਾ ਰਹੀ ਸੀ ਔਰ 2 ਮੋਟਰਸਾਈਕਲ ਸਵਾਰ ਆਏ ਔਰ ਕੁਝ ਗੋਲੀਆਂ ਚਲਾਈ ਔਰ ਕੈਸ਼ ਕੋ ਲੁੱਟ ਕੇ ਲੈ ਗਏ। ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਆਪਣੀ ਔਰ ਉਮੀਦ ਹੈ ਜਲਦੀ ਪਕੜ ਲੇਗੇ। ਕੈਸ਼ ਕਿੰਨਾ ਬਤਾ ਰਹੇ ਹੋ? ਕਰੀਬ 4-5 ਲੱਖ ਕੇ ਆਸ ਪਾਸ ਬਤਾ ਰਹੇ ਹਾਂ, ਅਭੀ ਐਗਜੈਕਟ ਇਨਕੋ ਪਤਾ ਨਹੀਂ ਹੈ, ਉਹ ਦੇਖ ਕੇ ਬਤਾਏਗੇ। ਸਰ ਕਹਾਂ ਸੇ ਕਹਾਂ ਜਾ ਰਹੀ ਥੀ ਇਹ ਵੈਨ ਕੈਸ਼ ਕੀ? ਇਹ ਸੰਗਰੂਰ ਸੇ ਭਵਾਨੀਗੜ ਜਾ ਰਹੀ ਸੀ। ਕੌਣ ਸੇ ਬੈਂਕ ਹੈ ਸਰ ਇਹ? ਬੈਂਕ ਦਾ ਐਕਸਿਸ ਬੈਂਕ। ਐਕਸਿਸ ਬੈਂਕ ਸਰ ਟੋਟਲ ਕਿੰਨਾ ਕੈਸ਼ ਥਾ? ਹਾਂਜੀ, ਟੋਟਲ ਕੈਸ਼ ਕਿੰਨਾ ਥਾ? ਅਭੀ ਉਹ ਐਗਜੈਕਟ ਪਤਾ ਨਹੀਂ ਹੈ, ਕਰੀਬ 4-5 ਲੱਖ ਕੇ ਆਸ ਪਾਸ ਬਤਾ ਰਹੇ ਹਾਂ, ਹੋ ਸਕਦਾ 3 ਹੋ, ਸਕਦਾ 6 ਹੋ। ਸਰ ਪੁਲਿਸ ਨੇ ਕਿਆ ਇੰਤਜ਼ਾਮ, ਨਾਕਾਬੰਦੀ ਕਹਾਂ ਕਹਾਂ ਕੀਤੀ? ਸਾਰੇ ਸ਼ਹਿਰ ਮੇਂ ਨਾਕਾਬੰਦੀ ਕਰਾ ਦੀ ਗਈ ਹੈ ਜੀ, ਆਸ ਪਾਸ ਕੇ ਡਿਸਟ੍ਰਿਕਟ ਸੇ ਵੀ ਟਾਈਪ ਕਰ ਲਿਆ ਗਿਆ ਔਰ ਵਰਕਆਊਟ ਕਰ ਰਹੇ ਹਾਂ ਜੀ। ਸਾਰੀ CCTV ਫੁਟੇਜ ਵਗੈਰਾ ਸਭ ਕੁਝ ਚੈੱਕ ਕੀਤਾ ਜਾ ਰਿਹਾ ਔਰ ਉਮੀਦ ਹੈ ਜਲਦੀ ਪਕੜ ਲਿਆ। ਜੋ ਵੈਲਿਊ ਹੈ ਜੀ? ਵੈਲਿਊ ਉਸਕੋ ਸਿਵਲ ਹਸਪਤਾਲ, ਸਿਵਲ ਹਸਪਤਾਲ, ਸਿਵਲ ਹਸਪਤਾਲ। ਸਰ ਵੈਨ ਮੇਂ ਕਿਤਨੇ ਬੰਦੇ ਥੇ ਜੋ ਕੈਸ਼ ਲੇ ਗਏ? ਵੈਨ ਮੇਂ 5 ਲੋਗ ਥੇ। ਬਾਕੀ ਠੀਕ ਹੈ ਸਰ?